ਠੰਡ ਅਤੇ ਧੁੰਦ ਦਾ ਫਾਇਦਾ ਚੁੱਕ ਕੇ ਰੋਪੜ ਇਲਾਕੇ ਦੇ ਵਿੱਚ ਜੰਗਲੀ ਜੀਵਾਂ ਨੂੰ ਨਿਸ਼ਾਨਾ ਬਣਾ ਕੇ ਸ਼ਿਕਾਰ ਕੀਤਾ ਜਾ ਰਿਹਾ ਹੈ। ਕਾਨੂੰਨ ਨੂੰ ਛਿੱਕੇ ਉੱਤੇ ਟੰਗ ਕੇ ਜੰਗਲੀ ਜੀਵਾਂ ਨੂੰ ਕੁਝ ਲੋਕ ਨਿਸ਼ਾਨਾ ਬਣਾ ਰਹੇ ਹਨ ਅਤੇ ਬੇਜ਼ੁਬਾਨਾਂ ਨੂੰ ਮਾਰ ਰਹੇ ਹਨ। ਭਾਵੇਂ ਕਿ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੰਗਲੀ ਜੀਵਾਂ ਤੋਂ ਬਚਾਉਣ ਦੇ ਲਈ ਕਿਸਾਨਾਂ ਨੂੰ ਨਿਯਮਾਂ ਤਹਿਤ ਹੱਕ ਵੀ ਦਿੱਤੇ ਗਏ ਹਨ, ਪਰ ਕੁਝ ਲੋਕ ਬਿਨਾਂ ਕਿਸੇ ਕਾਰਨ ਦੇ ਸਿਰਫ ਸ਼ਿਕਾਰ ਖੇਡਣ ਅਤੇ ਇਹਨਾਂ ਜੰਗਲੀ ਜੀਵਾਂ ਨੂੰ ਖਾਣ ਦੇ ਸ਼ੌਂਕ ਵਜੋਂ ਇਹਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਰੋਪੜ ਦੇ ਵਿੱਚ ਜੰਗਲਾਤ ਵਿਭਾਗ ਨੇ 2 ਨੌਜਵਾਨਾਂ ਨੂੰ ਮਾਰੇ ਗਏ ਜੰਗਲੀ ਸੂਰ ਸਣੇ ਕਾਬੂ ਕੀਤਾ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੰਗਲੀ ਜੀਵ ਮਾਰੇ ਜਾਣ ਅਤੇ ਇੱਕ ਪੋਲਟਰੀ ਫਾਰਮ ਵਿੱਚ ਸਾਫ਼ ਕੀਤੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਛਾਪਾ ਮਾਰ ਕੇ ਜੰਗਲੀ ਸੂਰ ਅਤੇ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਜਦਕਿ ਪਕੜੇ ਗਏ ਨੌਜਵਾਨ ਆਪਣਾ ਪੱਖ ਰੱਖਦੇ ਹੋਏ ਕਹਿ ਰਹੇ ਹਨ ਕਿ ਇਹ ਕੁੱਤਿਆਂ ਵੱਲੋਂ ਮਾਰਿਆ ਗਿਆ, ਪਰ ਉਹਨਾਂ ਵੱਲੋਂ ਜੰਗਲਾਤ ਵਿਭਾਗ ਨੂੰ ਸੂਚਨਾ ਦੇਣ ਦੀ ਬਜਾਏ ਖੁਦ ਇਸ ਨੂੰ ਸਾਫ਼ ਕਰਨ ਦੇ ਸਵਾਲ 'ਤੇ ਕੋਈ ਜਵਾਬ ਨਾ ਦੇ ਸਕੇ। ਇਸ ਮੌਕੇ 'ਤੇ ਭੁਪਿੰਦਰ ਸਿੰਘ ਰੇਂਜ ਅਫਸਰ ਜੰਗਲਾਤ ਵਿਭਾਗ ਰੋਪੜ ਨੇ ਕੀ ਕੁਛ ਕਿਹਾ ਅਤੇ ਪਕੜੇ ਗਏ ਨੌਜਵਾਨਾਂ ਤੋਂ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਛ ਕਿਹਾ, ਤੁਸੀਂ ਵੀ ਜ਼ਰੂਰ ਸੁਣੋ। ਕੀ ਹੈ ਜਾਨਵਰ ਇਹ? ਇਹ ਜੰਗਲੀ ਜੀਵ, ਜੰਗਲੀ ਸੂਰ ਆ ਜੀ। ਜੰਗਲੀ ਸੂਰ ਜਾਨਵਰ ਇਹ ਜੰਗਲ ਆਪਣੇ ਛੋਟੇ ਬਾਦ ਪੋਲਟਰੀ ਫਾਰਮ ਸੀ ਇਹਦਾ, ਬੰਦੇ ਦਾ ਮੋਹਿਤ ਕਾ ਮੋਹਿਤ ਦਾ, ਉੱਥੇ ਸਾਨੂੰ ਤੇੜੀ ਮਿਲੀ ਵੀ ਕਿਸੇ ਬੰਦੇ ਸ਼ਿਕਾਰ ਕਰਕੇ ਅਤੇ ਉੱਥੇ ਸਾਫ਼ ਕਰ ਰਹੇ ਆ। ਅਤੇ ਅਸੀਂ ਮੌਕੇ 'ਤੇ ਫੜ ਕੇ ਜਾ ਕੇ ਦੇਖਿਆ, ਬੰਦੇ ਜੰਗਲ ਸੂਰ ਦੀ ਸਫਾਈ ਕਰ ਰਹੇ ਸੀਗੇ, ਕੱਟ ਵੱਟ ਕਰ ਰਹੇ ਸੀਗੇ, ਅਤੇ ਅਸੀਂ ਮੌਕੇ 'ਤੇ ਜਾ ਕੇ ਗ੍ਰਿਫਤਾਰ ਕੀਤਾ ਇਹਨਾਂ ਨੂੰ। 2 ਬੰਦੇ ਸੀ, ਮੋਹਿਤ ਕੁਮਾਰ ਅਤੇ ਸੁਖਦੇਵ ਸਿੰਘ, 2 ਬੰਦੇ ਸੀ। ਅੱਗੇ ਕਿਹੜੀ ਕਾਰਵਾਈ ਕਰ ਰਹੇ ਹਾਂ? ਅੱਗੇ ਅਸੀਂ ਸਾਡੇ ਐਕਟ ਹੈ 1972 ਦਾ, ਉਹਦੇ ਤਹਿਤ ਅਸੀਂ ਅੰਡਰ ਸੈਕਸ਼ਨ 9, 9, 49, 51 ਅਮੈਂਡਮੈਂਟ 222 ਦੇ ਤਹਿਤ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਸਵੇਰੇ ਜੀ। ਕੱਲ੍ਹ ਕਿਹੜਾ ਪਿੰਡ ਆਪਣਾ? ਖੈਰ, ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਵਿੱਚ ਦੇਖਿਆ ਕਿ ਬੇਜ਼ੁਬਾਨਾਂ ਉੱਤੇ ਇਸ ਤਰੀਕੇ ਦੇ ਵਾਰ ਕੀਤੇ ਜਾ ਰਹੇ ਨੇ, ਉਹਨਾਂ ਨੂੰ ਜਾਨ ਦੀ ਘਾਟ ਉਤਾਰ ਦਿੱਤਾ, ਯਾਨੀ ਕਿ ਮੌਤ ਦੀ ਘਾਟ ਉਤਾਰ ਦਿੱਤਾ ਜਾ ਰਿਹਾ। ਅਜਿਹੇ 'ਚ ਪਕੜੇ ਗਏ ਆਰੋਪੀਆਂ ਦੇ ਖਿਲਾਫ਼ ਕਿਸ ਤਰੀਕੇ ਦੀ ਸਖ਼ਤੀ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ? ਇਸ ਰਿਪੋਰਟ ਪ੍ਰਤੀ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਖ਼ਬਰ ਨੂੰ ਲਾਈਕ ਸ਼ੇਅਰ ਕਰੋ।